ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਬਲਬੂਤੇ ਤੇ ਮੁਕਾਮ ਹਾਸਿਲ ਕੀਤਾ। ਮੈਨੂੰ ਕੁਛ ਨਹੀਂ ਪਤਾ ਸੀ ਵੀ ਫਿਲਮ ਇੰਡਸਟਰੀ ਦੇ ਵਿੱਚ ਕੀ ਹੈ, ਇਹ ਕੀ ਕਿਵੇਂ ਆਪਾਂ ਕਾਮਯਾਬ ਹੋਣਗੇ। ਸੋ ਜੇ ਪਿੰਡ 'ਚ ਜਾਣਾ, ਪਿੰਡ ਵਾਲੇ ਨੇ ਕਹਿਣਾ ਵੀ ਐਕਟਰ ਆ ਗਿਆ, ਇਸ ਤਰ੍ਹਾਂ ਕਰਨੀ ਹੈ ਜੀ। ਸੋ ਜੀ ਜਿਹੜਾ ਬੂਟਾ ਗਰਾਰੀ ਦਾ ਨਾਂ ਦੇਖਿਆ ਜਾਵੇ, ਬੂਟਾ ਗਰਾਰੀ ਮੇਰਾ ਨਾਮ ਕਿਵੇਂ ਪਿਆ ਜੀ, ਤਾਂ ਜੋਰਾ 10 ਨੰਬਰੀਆ ਦੇ ਵਿੱਚ ਮੇਰਾ ਕਰੈਕਟਰ ਜੀ ਬੂਟਾ ਗਰਾਰੀ। ਮਤਲਬ ਉਹ ਸੀਨ ਨੂੰ ਧਰਮਿੰਦਰ ਜੀ ਨੇ, ਸ਼ਾਇਦ ਇੰਟਰਵਿਊ ਦੇਖ ਰਹੇ ਹੋਣ, ਉਹਨਾਂ ਨੇ ਉਹ ਸੀਨ ਨੂੰ ਬਹੁਤ ਵਧੀਆ ਕਿਹਾ ਵੀ ਬਹੁਤ ਸੋਹਣਾ। ਕਹਿੰਦੇ ਨੇ ਕਿ ਹਰ ਇੱਕ ਐਕਟਰ ਦਾ ਇੱਕ ਸੁਪਨਾ ਹੁੰਦਾ ਹੈ, ਕੋਈ ਖਾਸ ਕਿਰਦਾਰ ਨੇ ਕਰੈਕਟਰ ਜੀ ਮੇਰਾ ਉੱਥੇ ਦੇਵ ਕਰੌੜ, ਕੁਲਜਿੰਦਰ ਸਿੱਧੂ, ਵੱਡੇ ਨਾਮ ਬਸ ਚਿਹਰੇ ਜਿਹੜੇ, ਕਿਉਂਕਿ ਦੇਵ ਕਰੌੜ ਨੂੰ ਸਾਰੇ ਜਾਣਦੇ, ਤੇ ਇੱਕ ਐਕਟਰ ਲਈ ਤਾੜੀ ਹੀ ਉਹਦੇ ਲਈ ਸਭ ਤੋਂ ਵੱਡਾ ਅਵਾਰਡ ਹੁੰਦਾ। ਉਹ ਮੇਰਾ ਸੁਪਨਾ ਪੂਰਾ ਹੋ ਚੁੱਕਿਆ। ਜਿਸ ਤਰੀਕੇ ਨਾਲ ਗੂਗਲ ਜੀ, ਯੋਗਰਾਜ ਜੀ, ਹੋਬੀ ਧਾਲੀਵਾਲ ਅੱਜ ਕਰੈਕਟਰ ਕਰ ਰਹੇ ਹੈ, ਮੇਰਾ ਸੁਪਨਾ ਵੀ ਉਸ ਦਿਨ ਬਹੁਤ ਜਲਦੀ ਆਊਗਾ ਜੀ। ਮੈਂ ਡਾਇਰੈਕਟਰ ਨਾਲ ਕੰਮ ਕੀਤਾ ਜੀ, ਉਹ ਮੈਨੂੰ ਇਹ ਕਹਿੰਦੇ ਵੀ ਥੋੜ੍ਹੀ ਜਿਹੜੀ ਲੁੱਕ ਹੈ ਐਜ਼ ਏ ਮੇਨ ਵਿਲਨ। ਸਰ ਤੁਸੀਂ ਹੁਣ ਤੱਕ ਫਿਲਮਾਂ 'ਚ ਬਹੁਤ ਕਿਰਦਾਰ ਨਿਭਾਏ ਜੀ, ਕੋਈ ਅਜਿਹਾ ਕਿਰਦਾਰ ਜੋ ਤੁਹਾਡੇ ਬਹੁਤ ਹੀ ਦਿਲ ਦੇ ਕਰੀਬ? ਪਰ ਮੇਰਾ ਸੁਪਨਾ ਉਦੋਂ ਪੂਰਾ ਹੋਇਆ ਸੀ ਜਦੋਂ ਮੈਂ ਅਕਸ਼ੇ ਕੁਮਾਰ ਨਾਲ 20 ਦਿਨ ਅਸੀਂ ਇਕੱਠੇ ਰਹੇ ਸੀਗੇ ਜੀ, ਸਿੰਘ ਜੀ ਬਲਿੰਗ ਮੂਵੀ ਦੇ ਵਿੱਚ ਮੇਰਾ ਅਕਸ਼ੇ ਦੇ ਫਰੈਂਡ ਦਾ ਕੈਰੈਕਟਰ ਸੀਗਾ। ਹਰ ਦਿਨ ਕੀਤੀ ਥੋੜ੍ਹੀ ਥੋੜ੍ਹੀ ਮਿਹਨਤ ਵੱਡੇ ਨਤੀਜੇ ਲੈ ਕੇ ਆਉਂਦੀ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਬਲਬੂਤੇ ਤੇ ਮੁਕਾਮ ਹਾਸਿਲ ਕੀਤਾ ਹੈ। ਮੈਂ ਸਵਾਗਤ ਕਰਦੀ ਹਾਂ ਬੂਟਾ ਸਿੰਘ ਜੀ ਦਾ, ਜਿਨ੍ਹਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਵਿੱਚ ਬੂਟਾ ਗਰਾਰੀ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਮੈਡਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੈਡਮ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਆਪਣੀ ਅਕੈਡਮੀ ਦੇ ਵਿੱਚ ਬੁਲਾਇਆ ਤੇ ਮੈਨੂੰ ਇਸ ਕਾਬਿਲ ਸਮਝਿਆ, ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ। ਧੰਨਵਾਦ ਸਰ। ਕਹਿੰਦੇ ਨੇ ਸਫ਼ਰ ਕਿੰਨਾ ਵੀ ਲੰਬਾ ਹੋਵੇ, ਸ਼ੁਰੂ ਸਦਾ ਇੱਕ ਕਦਮ ਤੋਂ ਹੀ ਹੁੰਦਾ ਜੀ। ਸਰ ਅਸੀਂ ਬੂਟਾ ਸਿੰਘ ਜੀ ਤੋਂ ਬੂਟਾ ਗਰਾਰੀ ਤੱਕ ਦੇ ਸਫ਼ਰ ਬਾਰੇ ਜਾਣਨਾ ਚਾਹਾਂਗੇ ਜੀ। ਮੈਡਮ ਮੈਂ ਫਿਲਮ ਇੰਡਸਟਰੀ 'ਚ ਜਦੋਂ ਆਇਆ ਜੀ, 2005 ਦੇ ਵਿੱਚ ਮੈਂ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਪੈਰ ਰੱਖਿਆ। ਮੈਨੂੰ ਕੁਛ ਨਹੀਂ ਪਤਾ ਸੀ ਵੀ ਫਿਲਮ ਇੰਡਸਟਰੀ ਦੇ ਵਿੱਚ ਕੀ ਹੈ, ਇਹ ਕੀ ਕਿਵੇਂ ਆਪਾਂ ਕਾਮਯਾਬ ਹੋਣਗੇ, ਇਹ ਚੀਜ਼ ਨਹੀਂ ਸੋਚੀ ਸੀ ਮੈਂ। ਮੈਨੂੰ ਸਿਰਫ ਸ਼ੌਂਕ ਸੀਗਾ ਜੀ, ਸ਼ੌਂਕ ਸੀ, ਮੈਂ ਲੱਗਿਆ ਰਿਹਾ ਜੀ। ਮਤਲਬ ਮੇਰੀ ਜਿਹੜੀ ਸਪੋਰਟ ਕੀਤੀ ਹੈ, ਮੇਰੀ ਮੰਮੀ ਡੈਡੀ ਨੇ ਸਪੋਰਟ ਕੀਤੀ ਪੂਰੀ, ਜਿਹੜੇ ਰਿਸ਼ਤੇਦਾਰ ਸੀ ਉਹ ਟਿੱਚਰਾਂ ਕਰਦੇ ਸੀਗੇ ਵੀ ਐਕਟਰ ਬਣੂੰਗਾ। ਸੋ ਜੇ ਪਿੰਡ 'ਚ ਜਾਣਾ, ਪਿੰਡ ਵਾਲੇ ਨੇ ਕਹਿਣਾ ਵੀ ਐਕਟਰ ਆ ਗਿਆ, ਟਿੱਚਰਾਂ ਕਰਨੀ ਹੈ ਜੀ। ਮਤਲਬ ਮੈਂ ਉਹ ਚੀਜ਼ ਮੇਰੇ ਦਿਲ 'ਤੇ ਲੱਗੀ ਸੀ ਵੀ ਮੈਂ ਕੁਛ ਉਹਨਾਂ ਨੂੰ ਕਰਕੇ ਦਿਖਾਉਣਾ ਹੈ। ਸੋ ਜੀ ਜਿਹੜਾ ਬੂਟਾ ਗਰਾਰੀ ਦਾ ਨਾਂ ਦੇਖਿਆ ਜਾਵੇ, ਬੂਟਾ ਗਰਾਰੀ ਮੇਰਾ ਨਾਮ ਕਿਵੇਂ ਪਿਆ ਜੀ, ਮੈਂ ਛੋਟੇ ਛੋਟੇ ਕਿਰਦਾਰ ਕਰਦਾ ਜੋਰਾ 10 ਨੰਬਰੀਆ ਦੇ ਵਿੱਚ ਮੇਰਾ ਕਰੈਕਟਰ ਜੀ ਬੂਟਾ ਗਰਾਰੀ, ਜਿਹਨੇ ਇੱਕ ਮਤਲਬ ਕਰੈਕਟਰ ਛੋਟਾ ਸੀਗਾ ਜੀ, ਪਰ ਇੱਕ ਅਲੱਗ ਉਹਨੇ ਪਹਿਚਾਣ ਬਣਾਈ ਮੇਰੀ ਜੀ। ਮਤਲਬ ਉਹ ਸੀਨ ਨੂੰ ਧਰਮਿੰਦਰ ਜੀ ਨੇ, ਸ਼ਾਇਦ ਇੰਟਰਵਿਊ ਦੇਖ ਰਹੇ ਹੋਣ, ਉਹਨਾਂ ਨੇ ਉਹ ਸੀਨ ਨੂੰ ਬਹੁਤ ਵਧੀਆ ਕਿਹਾ ਵੀ ਬਹੁਤ ਸੋਹਣਾ, ਤੇ ਉਹ ਡਾਇਰੈਕਟਰ ਸੀ ਉਹਨਾਂ ਦੇ ਅਮਰਦੀਪ ਗਿੱਲ ਜੀ। ਸੋ ਜੋਰਾ ਦੇ ਵਿੱਚ ਮੇਰਾ ਨਾਂ ਸੀਗਾ ਜੀ ਬੂਟਾ ਗਰਾਰੀ, ਉਹ ਕਰੈਕਟਰ ਇੱਕ ਫਿਲਮ ਨੂੰ ਨਵਾਂ ਮੋੜ ਦਿੰਦਾ ਹੈ, ਤੇ ਉੱਥੋਂ ਮੈਂ ਆਉਣਾ ਜੀ ਬੂਟਾ ਗਰਾਰੀ ਪਿਆ। ਠੀਕ ਹੈ ਜੀ। ਸੁਪਨੇ ਵੱਡੇ ਹੈ ਪਰ ਮੈਂ ਪੂਰੇ ਇੱਕ ਦਿਨ ਕਰ ਹੀ ਲੈਣੇ ਹੈ ਜੀ। ਕਹਿੰਦੇ ਨੇ ਕਿ ਹਰ ਇੱਕ ਐਕਟਰ ਦਾ ਇੱਕ ਸੁਪਨਾ ਹੁੰਦਾ ਹੈ, ਕੋਈ ਖਾਸ ਕਿਰਦਾਰ ਨਿਭਾਉਣ ਦਾ ਜੀ। ਸਰ ਤੁਹਾਡਾ ਵੀ ਕੋਈ ਅਜਿਹਾ ਸੁਪਨਾ ਹੈ? ਮੈਡਮ ਮੇਰਾ ਸੁਪਨਾ ਸੀ ਪਰ ਮੈਂ ਸੁਪਨਾ ਪੂਰਾ ਕਰ ਲਿਆ ਜੀ, ਉਹ ਮੇਰਾ ਸੁਪਨਾ ਪੂਰਾ ਹੋਇਆ ਜੀ। ਜਉਣਾ ਮੋੜ ਮੂਵੀ ਆਈ ਹੈ ਜੀ, ਮੋੜ ਮੂਵੀ, ਉਹਦੇ ਵਿੱਚ ਮਤਲਬ ਮੈਂ ਕਿਸੇ ਦਿਨ ਕਰੌੜ ਦੇ ਪਿੱਛੇ ਖੜ ਜਾਂਦਾ ਸੀ ਮਨੁੱਖਾਂ ਲੈ ਕੇ ਜੀ। ਪਰ ਜਿਹੜਾ ਉਹ ਕਰੈਕਟਰ ਹੈ ਜੀ ਮੇਰਾ, ਉੱਥੇ ਦੇਵ ਕਰੌੜ, ਕੁਲਜਿੰਦਰ ਸਿੱਧੂ, ਵੱਡੇ ਨਾਮ ਬਸ ਚਿਹਰੇ ਜਿਹੜੇ, ਕਿਉਂਕਿ ਦੇਵ ਕਰੌੜ ਨੂੰ ਸਾਰੇ ਜਾਣਦੇ ਜੀ, ਉਹ ਚਾਰ ਜਾਣੇ ਮੇਰੇ ਐਂਟੀ ਹੈ ਜੀ, ਤੇ ਮੈਂ ਉਹਨਾਂ ਦੀ ਇਕੱਲਾ ਐਂਟੀ ਹੈ, ਜਿਹੜਾ ਮਤਲਬ ਇੱਕ ਬੀਰੂ ਕੇ ਵਾਲਾ ਸੁਰਜਨ ਦਾ ਕਰੈਕਟਰ ਸੀਗਾ ਜੀ,
ਮੈਂ ਇਕੱਲਾ ਉਹਨਾਂ ਦੇ ਤਿੰਨਾਂ ਜਣਿਆਂ ਦੇ ਹਾਵੀ ਹੁੰਦੇ, ਮੇਰਾ ਉਹ ਅਲੱਗ ਕਰੈਕਟਰ ਸੀਗਾ। ਉਹ ਮੇਰਾ ਕਰੈਕਟਰ ਅੱਜ ਵੀ ਯਾਦ ਹੈ, ਜਦੋਂ ਜਤਿੰਦਰ ਮੌਹਰ ਜੀ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ, ਕਾਰਜ ਗੱਲ ਜੀ ਨੇ ਪ੍ਰੋਡਿਊਸਰ ਨੇ ਤਾੜੀਆਂ ਮਾਰੀਆਂ ਵੀ ਕਰੈਕਟਰ ਬਹੁਤ ਸੋਹਣਾ ਕੀਤਾ, ਤੇ ਇੱਕ ਐਕਟਰ ਲਈ ਤਾੜੀ ਹੀ ਉਹਦੇ ਲਈ ਸਭ ਤੋਂ ਵੱਡਾ ਅਵਾਰਡ ਹੁੰਦਾ ਜੀ। ਉਹ ਮੇਰਾ ਸੁਪਨਾ ਪੂਰਾ ਹੋ ਚੁੱਕਿਆ, ਮੈਂ ਲੱਗਿਆ ਹੋਇਆ। ਜਿਸ ਤਰੀਕੇ ਨਾਲ ਗੂਗਲ ਜੀ, ਯੋਗਰਾਜ ਜੀ, ਹੋਬੀ ਧਾਲੀਵਾਲ ਅੱਜ ਕਰੈਕਟਰ ਕਰ ਰਹੇ ਹੈ, ਮੇਰਾ ਸੁਪਨਾ ਵੀ ਉਸ ਦਿਨ, ਉਹ ਦਿਨ ਬਹੁਤ ਜਲਦੀ ਆਊਗਾ ਜੀ, ਜਦੋਂ ਬੂਟਾ, ਜਦੋਂ ਜਿਵੇਂ ਜਿਵੇਂ ਮੇਰੀ ਏਜ ਅੱਗੇ ਜਾ ਰਹੀ ਹੈ ਜੀ, ਮਤਲਬ ਮੈਨੂੰ ਇੰਡਸਟਰੀ ਦੇ ਵਿੱਚ ਮੇਨ ਵਿਲਨ ਦੇ ਤੌਰ ਤੇ ਲਿਆ ਕਰਨਗੇ। ਕਿਉਂਕਿ ਜਿੰਨੇ ਵੀ ਮੈਂ ਡਾਇਰੈਕਟਰਾਂ ਨਾਲ ਕੰਮ ਕੀਤਾ ਜੀ, ਉਹ ਮੈਨੂੰ ਇਹੀ ਕਹਿੰਦੇ ਵੀ ਥੋੜੀ ਜਿਹੜੀ ਲੁੱਕ ਹੈ ਐਜ ਏ ਮੇਨ ਵਿਲਨ, ਤੇ ਆਉਣ ਵਾਲੀ ਇੰਡਸਟਰੀ ਦੇ ਤੁਸੀਂ ਮੇਨ ਵਿਲਨ ਹੋ ਜੀ। ਜ਼ਰੂਰ ਸਰ। ਸਰ ਤੁਸੀਂ ਹੁਣ ਤੱਕ ਫਿਲਮਾਂ 'ਚ ਬਹੁਤ ਕਿਰਦਾਰ ਨਿਭਾਏ, ਜੀ ਕੋਈ ਅਜਿਹਾ ਕਿਰਦਾਰ ਜੋ ਤੁਹਾਡੇ ਬਹੁਤ ਹੀ ਦਿਲ ਦੇ ਕਰੀਬ ਹੈ? ਮੈਡਮ, ਮੇਰੇ ਦਿਲ ਦੇ ਕਰੀਬ ਤਾਂ ਸਾਰੇ ਕਿਰਦਾਰ ਹੀ ਹੈਗੇ ਜੀ, ਕਿਉਂਕਿ ਮੈਂ ਹੁਣ ਤੱਕ 70 ਤੋਂ 80 ਦਾ ਫਿਲਮਾਂ ਕਰ ਚੁੱਕਿਆ ਜੀ, 70-80 ਗਾਣੇ ਕਰ ਚੁੱਕਿਆ। ਮਤਲਬ ਉਹ ਇੰਡਸਟਰੀ ਦਾ ਕੋਈ ਆਰਟਿਸਟ ਨਹੀਂ ਕਹਿ ਸਕਦੇ, ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ, ਮਤਲਬ ਜਿਨ੍ਹਾਂ ਦਾ ਮੈਂ ਕੰਮ ਨਹੀਂ ਕੀਤਾ। ਪਰ ਮੇਰਾ ਸੁਪਨਾ ਉਦੋਂ ਪੂਰਾ ਹੋਇਆ ਸੀ ਜਦੋਂ ਮੈਂ ਅਕਸ਼ੇ ਕੁਮਾਰ ਨਾਲ 20 ਦਿਨ ਅਸੀਂ ਇਕੱਠੇ ਰਹੇ ਸੀਗੇ ਜੀ, ਸਿੰਘ ਜਿਵਲਿੰਗ ਮੂਵੀ ਦੇ ਵਿੱਚ ਮੇਰਾ ਅਕਸ਼ੇ ਦੇ ਫਰੈਂਡ ਦਾ ਕਰੈਕਟਰ ਸੀਗਾ, ਚਾਹੇ ਉਹ ਕਰੈਕਟਰ ਛੋਟਾ ਸੀਗਾ ਜੀ, ਪਰ ਮੈਨੂੰ ਉਸ ਚੀਜ਼ ਦੀ ਬਹੁਤ ਖੁਸ਼ੀ ਹੋਈ ਵੀ ਮੈਂ ਅਕਸ਼ੇ ਦੇ ਨਾਲ ਫਿਲਮ ਦੇ ਵਿੱਚ ਕੰਮ ਕਰ ਚੁੱਕਿਆ ਜੀ। ਉਹ ਮੇਰਾ ਯਾਦਗਾਰੀ ਪਲ ਸੀਗਾ ਵੀ ਅਸੀਂ ਅਕਸ਼ੇ ਕੁਮਾਰ ਨਾਲ ਕੰਮ ਕਰ ਰਹੇ ਹਾਂ, ਤੇ ਬਾਲੀਵੁੱਡ ਦੇ ਸਟਾਰ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਹੈ ਜੀ। ਸਰ, ਤੁਹਾਡੇ ਬੱਚੇ ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਜੀ, ਤੇ ਅਸੀਂ ਵੀ ਸਕੂਲ ਸਿਨੇਮਾ ਨਾਮਕ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਜੀ, ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਡਮ, ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ। ਮਤਲਬ ਮੈਂ ਇਹ ਤੁਹਾਨੂੰ ਕੈਮਰੇ ਦੇ ਪਿੱਛੇ ਵੀ ਆਪਣੀ ਗੱਲ ਹੋਈ ਸੀ ਵੀ, ਕਿਉਂਕਿ ਅੱਜ ਦਾ ਟਾਈਮ ਹੈ ਜੀ, ਮਤਲਬ ਬੱਚੇ ਮੋਬਾਈਲਾਂ ਦੇ ਬੱਚਿਆਂ ਦਾ ਬੜੇ ਹੋਏ ਹੈ, ਮੋਬਾਈਲਾਂ ਨੂੰ ਉਹ ਜ਼ਿਆਦਾ ਤਰਜੀਹ ਦੇ ਰਹੇ ਹੈ। ਜਦੋਂ ਵੀ ਆਪਾਂ, ਮੈਂ ਮੋਹਾਲੀ ਤੋਂ ਆਉਂਦਾ ਜੀ, ਮੇਰੇ ਦੋਨਾਂ ਬੱਚਿਆਂ ਕੋਲ ਮੋਬਾਈਲ ਹੁੰਦੇ ਆ, ਠੀਕ ਹੈ ਜੀ, ਉਹਨਾਂ ਨੇ ਕਦੇ ਕਲਾ ਨਾਲ ਉਹਨਾਂ ਦਾ ਪਿਆਰ ਹੀ ਹੈ ਨਹੀਂ। ਸੋ ਜਦੋਂ ਆਪਾਂ ਅਕੈਡਮੀ ਦੇ ਵਿੱਚ ਕੋਈ ਹੋਣਹਾਰ ਕਲਾਕਾਰ ਲੈ ਕੇ ਆਵਾਂਗੇ ਜਾਂ ਉਹਨਾਂ ਨੂੰ ਦੱਸਾਂਗੇ ਵੀ ਕਲਾ ਇਹ ਹੈ, ਤਾਂ ਉਹ ਬੱਚੇ ਆਪਣੇ ਆਪ ਨੂੰ ਖੁਦ ਟਾਈਮ ਦੇਣਗੇ ਜੀ, ਕਿਉਂਕਿ ਉਹਦੇ ਵਿੱਚ ਇਕੱਲੇ ਟੀਚਰਾਂ ਦਾ ਕਸੂਰ ਨਹੀਂ, ਮਾਪਿਆਂ ਦਾ ਕਸੂਰ ਵੀ ਹੈ। ਕਿਉਂਕਿ ਮਾਪੇ ਆਪਣਾ ਖੜਾ ਸੁਣਾਉਂਦੇ ਮਰੇ, ਉਹਨੂੰ ਕਹਿੰਦੇ ਬੇਟਾ ਫੋਨ ਫੜ ਲਾ, ਚਾਹੇ ਉਹ 2 ਸਾਲ ਦਾ ਬੱਚਾ ਚਾਹੇ 3 ਸਾਲ ਚਾਹੇ 4 ਸਾਲ ਦਾ। ਸੋ ਉਹਦੇ 'ਚ ਕਸੂਰਵਾਦ ਆਪਾਂ ਵੀ ਹੈ ਜੀ। ਮੋਬਾਈਲ ਆਪਾਂ ਕਹਿੰਦੇ ਚਿੱਟਾ ਇੱਕ ਬਹੁਤ ਖਤਰਨਾਕ ਬਿਮਾਰੀ ਹੈ, ਪਰ ਮੈਂ ਕਹਿੰਦਾ ਜਿਹੜਾ ਮੋਬਾਈਲ ਹੈ ਉਹ ਚਿੱਟੇ ਨਾਲੋਂ ਵੀ ਖਤਰਨਾਕ ਬਿਮਾਰੀ ਹੈ। ਕਹਿੰਦੇ ਨੇ ਜੀਵਨ 'ਚ ਕਦੇ ਉਮੀਦ ਨਾ ਛੱਡੋ, ਜੀ ਤੁਹਾਨੂੰ ਨਹੀਂ ਪਤਾ ਤੁਹਾਡਾ ਆਉਣ ਵਾਲਾ ਕੱਲ੍ਹ ਤੁਹਾਡੇ ਲਈ ਕੀ ਲੈ ਕੇ ਆ ਰਿਹਾ ਜੀ, ਤੇ ਸਰ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਉਹਨਾਂ ਬਾਰੇ ਪਲੀਜ਼ ਜਾਣਕਾਰੀ ਦਿਓ। ਮੈਡਮ, ਮੇਰੀ 5 ਅਪ੍ਰੈਲ ਨੂੰ ਮੂਵੀ ਆ ਰਹੀ ਹੈ ਜੀ, ਚੱਲ ਭੱਜ ਲਈਏ, ਉਹ 'ਚ ਮੇਰੇ 25 ਤੋਂ 30 ਸੀਨ ਹੈ ਜੀ। ਮਤਲਬ ਨਾਮ, ਮਤਲਬ ਚੰਗਾ ਕਰੈਕਟਰ ਹੈਗਾ। ਗਿੱਪੀ ਬਾਈ ਨਾਲ ਮੇਰੀ ਮੂਵੀ ਆ ਰਹੀ ਹੈ ਜੀ, ਜੱਟ ਨੂੰ ਤੇਲ ਟੱਕਰੀ, ਉਹ ਗਿੱਪੀ ਜੀ ਨਾਲ ਹੀ ਸੀਨ ਹੈ ਮੇਰੇ, ਗਿੱਪੀ ਬਾਈ ਨਾਲ ਡਾਇਲੋਗ ਹੈਗੇ ਆ। ਮਤਲਬ ਮੇਰੇ ਜੋਰਡਨ ਸੰਧੂ ਤੋਂ ਲੈ ਕੇ 25-30 ਸੌਂਗ ਆ ਰਹੇ ਮੇਰੇ ਜੀ, ਜਿਹਨਾਂ 'ਚ ਮੈਂ ਮੇਨ ਵਿਲਨ ਹੈ। 8 ਤੋਂ 10 ਮੂਵੀਆਂ ਮੇਰੀਆਂ ਰਿਲੀਜ਼ ਹੋ ਰਹੀਆਂ ਜੀ, ਜਿਹਨਾਂ ਦੇ ਮੈਨੂੰ ਨਾਂ ਖੁਦ ਨੂੰ ਆਪ ਨੂੰ ਨਹੀਂ ਪਤਾ ਜੀ, ਜਿਹਨਾਂ 'ਚ ਹੋ ਗਈ ਜੀ ਗਿੱਪੀ ਬਾਈ ਨਾਲ ਹੈ, ਐਮੀ ਨਾਲ ਹੈ ਜੀ, ਕਾਫੀ ਫਿਲਮਾਂ ਮੇਰੇ ਆਪਣੇ ਆਪ ਯਾਦ ਨਹੀਂ ਹੈਗੀਆਂ, ਕਿਉਂਕਿ ਮੈਂ ਇੰਨਾ ਕੰਮ ਕਰ ਲਿਆ ਵੀ ਮੈਂ ਭੁੱਲ ਚੁੱਕਿਆ ਜੀ। ਸਰ, ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ, ਤੁਸੀਂ ਸਾਡੇ ਇੱਕ ਹਫ਼ਤੇ ਤੇ ਸਕੂਲ ਵਿਖੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤਾਂ ਅੰਤ ਵਿੱਚ ਮੈਂ ਕਹਿਣਾ ਚਾਹਾਂਗੀ ਕਿ ਸੁਪਨਿਆਂ ਨੂੰ ਹਮੇਸ਼ਾ ਜ਼ਿੰਦਾ ਰੱਖੋ, ਸੁਪਨਿਆਂ ਨੂੰ ਹਮੇਸ਼ਾ ਜ਼ਿੰਦਾ ਰੱਖੋ, ਕਾਮਯਾਬੀ ਲਈ ਹਮੇਸ਼ਾ ਪ੍ਰਯਤਨ ਕਰਦੇ ਰਹੋ। ਥੈਂਕ ਯੂ, ਧੰਨਵਾਦ। ਥੈਂਕ ਯੂ ਜੀ।